ਹਾਂਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਸੋ ਕਰ ਲਓ ਸਭ। ਅੱਜ ਸਵੇਰੇ ਸਿਰਫ ਅੱਧਾ ਘੰਟਾ ਮੀਂਹ ਪੈਣ ਨਾਲ ਬਠਿੰਡਾ ਵਿੱਚ ਪਾਣੀ ਹੀ ਪਾਣੀ ਹੋ ਗਿਆ, ਜਿਸ ਦੀ ਜਿਉਂਦੀ ਜਾਗਦੀ ਤਸਵੀਰ ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਦਿਖਾਈ ਹੈ। ਇਸ ਦੌਰਾਨ ਇਹ ਖਹਿਰਾ ਨੇ ਹਰਸਿਮਰਤ ਅਤੇ ਅਕਾਲੀ ਦਲ 'ਤੇ ਉਹਨਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ, ਜਿਨ੍ਹਾਂ ਵਿੱਚ ਉਹ ਬਠਿੰਡਾ ਨੂੰ ਕੈਲੀਫੋਰਨੀਆ ਵਰਗਾ ਦੇਸ਼ ਦੱਸਦੇ ਨੇ। ਕੁਝ ਚਿਰ ਪਏ ਮੀਂਹ ਤੋਂ ਬਾਅਦ ਬਠਿੰਡਾ ਦੇ ਪਾਵਰ ਹਾਊਸ ਖੇਤਰ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਖੇਤਰ ਵਿੱਚ ਹਸਪਤਾਲ ਮੌਜੂਦ ਹੋਣ ਕਾਰਨ ਇਲਾਜ ਲਈ ਜਾ ਰਹੇ ਬਿਮਾਰ ਲੋਕਾਂ ਨੂੰ ਵੀ ਪਾਣੀ ਵਿੱਚੋਂ ਲੰਘਣਾ ਪਿਆ, ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਸ਼ਹਿਰ ਦਾ ਮੇਨ ਪਾਵਰ ਹਾਊਸ ਰੋਡ ਦਾ ਏਰੀਆ ਵਾ, ਜਿਹਦੇ 'ਚ ਕੋਰਟਸ ਨੇ, ਜਿਹਦੇ 'ਚ IG ਦੀ ਕੋਠੀ ਦਿਖਾ ਦਿੱਤੀ ਤੁਹਾਨੂੰ, ਜਿਹਦੇ ਵਿੱਚ ਸਾਰੇ ਹੋਸਪਿਟਲਸ ਨੇ, ਜਿਹਦੇ ਵਿੱਚ ਸਾਰੇ ਸਕੂਲ ਅਤੇ ਕਾਲਜਸ ਨੇ। ਜੇ ਬਠਿੰਡੇ ਦਾ ਜਿੱਦਾਂ ਸੈਕਟਰ 17 ਆ ਚੰਡੀਗੜ੍ਹ ਦਾ, ਕਰੋਲ ਬਾਗ ਹੈ ਦਿੱਲੀ ਦਾ, ਅਗਰ ਉੱਥੇ ਇਹ ਪੁਜ਼ੀਸ਼ਨ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਕੀ ਮੁਹੱਲਿਆਂ ਵਿੱਚ, ਗਲੀਆਂ ਨਾਲੀਆਂ ਵਿੱਚ ਕੀ ਹੋਊਗਾ। ਇਹ ਸਾਰਾ ਸੀਵਰੇਜ ਦਾ ਬੈਕ ਮਾਰਿਆ ਹੋਇਆ ਪਾਣੀ ਗੰਦਾ, ਕਿਸੇ ਸ਼ਹਿਰ ਵਿੱਚ ਸਟੋਰਮ ਸੀਵਰ ਦਾ ਅਰੇਂਜਮੈਂਟ ਪੰਜਾਬ ਸਰਕਾਰ ਨਹੀਂ ਕਰ ਸਕੀ। ਕੇਂਦਰ ਸਵੱਛ ਭਾਰਤ, ਮੋਦੀ ਸਾਹਿਬ ਸਖੀ ਸੈਂਟਰ, ਸਵੱਛ ਭਾਰਤ ਲੜਕੀਆਂ ਦਾ, ਔਰਤਾਂ ਦਾ, ਮੈਂ ਇੱਧਰ ਕਹਿ ਰਿਹਾ ਸੀਗਾ ਸਵੱਛ ਭਾਰਤ ਦੀ ਗੱਲ ਕਰਦੇ, ਕਾਗਜ਼ਾਂ 'ਚ ਹੀ ਆ, ਸਿਰਫ ਅਖਬਾਰਾਂ ਵਿੱਚ ਆ, ਦਿੱਲੀ ਦੇ ਬਾਪੂਆਂ ਦੇ ਕਮਰਿਆਂ ਵਿੱਚ ਆ, ਜ਼ਮੀਨ 'ਤੇ ਨਹੀਂ ਗਾ ਕੋਈ ਸਵੱਛ ਭਾਰਤ। ਔਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਅਸੀਂ ਆਪਣੇ ਸ਼ਹਿਰਾਂ 'ਚੋਂ ਪਾਣੀ ਕੱਢਣਾ। ਇਹ ਇਕੱਲਾ ਫਿਰੋਜ਼ਪੁਰ, ਇਹ ਇਕੱਲਾ ਬਠਿੰਡੇ ਦਾ ਹਾਲਤ ਨਹੀਂ ਗੀ, ਅੱਧੇ ਘੰਟੇ ਦੀ ਬਾਰਿਸ਼ ਨਾਲ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ, ਇਹ ਸਾਰੇ ਸ਼ਹਿਰਾਂ ਦਾ, ਬਲਕਿ ਮਾਨਸਾ, ਭਿੱਖੀ, ਛੋਟੀਆਂ ਮੰਡੀਆਂ ਦਾ ਵੀ ਇਹੀ ਦ੍ਰਿਸ਼ ਅਤੇ ਹਾਲ ਹੋਵੇਗਾ। ਔਰ ਇੱਕ ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।